ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇਨ ਅ ਜੁਆਇੰਟ ਆਪਰੇਸ਼ਨ ਐਗਜ਼ੀਕਿਊਟਿਡ ਅਲੋਂਗ ਵਿਦ ਸੈਂਟਰਲ ਏਜੰਸੀਜ਼, ਕੈਲਾਸ਼ ਖਿੱਚਣ ਜਿਹੜਾ ਕਿ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਟੈਰੋਰਿਸਟ ਦਾ ਕੀ ਓਪਰੇਟਿਵ ਸੀਗਾ, ਐਂਡ ਹੀ ਵਾਜ਼ ਇਨ ਟੱਚ ਵਿਦ ਆਲ ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਿਮੀਨਲਸ ਇੰਕਲੂਡਿੰਗ ਯੂ ਐਸ ਬੇਸਡ ਹੈਪੀ ਪਾਸੀਆਂ, ਲਾਰੈਂਸ ਬਿਸ਼ਨੋਈ ਗੈਂਗ, ਗੋਲਡੀ ਬਰਾੜ, ਅਤੇ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਹਾਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਇਹਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ। ਇਸ ਦਾ ਇੱਕ ਮੇਜਰ ਰੋਲ ਅਨਲੋਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ, ਅਤੇ ਕ੍ਰੋਸ ਬਾਰਡਰ ਓਪਰੇਟਿਵਸ ਦੇ ਥਰੂ ਇਹ ਵੈਪਨਸ ਮੂਵ ਕਰਦਾ ਸੀਗਾ ਫਰੋਮ ਅਕਰੋਸ ਦੀ ਪਾਕਿਸਤਾਨ ਬਾਰਡਰ। ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਕੈਚ ਫੋਰ ਅਸ। ਇੱਕ ਚਾਈਨੀਜ਼ ਪਿਸਟਲ ਅਤੇ 8 ਲਾਈਫ ਕਾਰਟ੍ਰਿਜਸ ਰਿਕਵਰ ਹੋਏ ਹੈ। ਇਨਵੈਸਟੀਗੇਸ਼ਨਸ ਆਰ ਔਨਗੋਇੰਗ ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕਜਸ, ਅਤੇ ਪੰਜਾਬ ਪੁਲਿਸ ਫੁੱਲੀ ਡਿਟਰਮਾਈਂਡ ਹੈਗੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਮੁਤਾਬਿਕ ਕਿ ਔਰਗਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚ ਟੋਟਲੀ ਫਿਨਿਸ਼ ਆਫ ਕਰਤਾ ਜਾਊਗਾ।